ਪੰਜਾਬੀ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ ਹਾਂਜੀ ਰੈਡੀ ਸਟਾਰਟ ਹੋਮ ਗਾਰਡ ਅਤੇ ਸਿਵਲ ਡਿਫੈਂਸ ਦਾ ਮੈਕਮਾ ਜੰਗ ਸਮੇਂ ਜਾਂ ਗੰਭੀਰ ਅੰਦਰੂਨੀ ਗੜਬੜ ਸਮੇਂ ਸ਼ਹਿਰੀ ਆਬਾਦੀ ਅਤੇ ਮਿਲਟਰੀ ਨੂੰ ਲੋੜੀਂਦੀ ਸਹਾਇਤਾ ਅਰਪਣ ਕਰਦਾ ਹੈ ਡੰਡੀ ਜੰਗ ਦੇ ਦਿਨਾਂ ਵਿੱਚ ਜਦੋਂ ਮਿਲਟਰੀ ਦੁਸ਼ਮਣ ਦਾ ਮੁਕਾਬਲਾ ਕਰਨ ਵਿੱਚ ਰੁੱਝੀ ਹੁੰਦੀ ਹੈ ਉਸ ਸਮੇਂ ਇਹ ਗੱਲ ਖਾਸ ਤੌਰ ਤੇ ਜ਼ਰੂਰੀ ਹੁੰਦੀ ਹੈ ਕਿ ਜਨਤਾ ਵਿੱਚ ਝੂਠੀਆਂ ਅਫਵਾਹਾਂ ਨੂੰ ਰੋਕ ਕਿਆ ਜਾਏ ਆਮ ਲੋਕਾਂ ਦੇ ਹੌਸਲੇ ਬੁਲੰਦ ਰੱਖੇ ਜਾਣ ਅਤੇ ਪਬਲਿਕ ਦੇ ਮਾਲ ਅਤੇ ਜਾਨਾਂ ਦੀ ਹਰ ਤਰ੍ਹਾਂ ਨਾਲ ਰਖਵਾਲੀ ਕੀਤੀ ਜਾਵੇ ਡੰਡੀ ਐਸੇ ਕੰਮਾਂ ਲਈ ਲੜਾਈ ਸਮੇ ਜਾਂ ਹੋਰ ਕਿਸੇ ਅੰਦਰੂਨੀ ਭੀੜ ਸਮੇ ਹੋਮ ਗਾਰਡ ਅਤੇ ਸਿਵਲ ਡਿਫੈਂਸ ਵਿਭਾਗ ਸਰਗਰਮ ਹੋ ਜਾਂਦਾ ਹੈ ਅਤੇ ਹਰ ਤਰ੍ਹਾਂ ਨਾਲ ਸਹਿਯੋਗ ਦਿੰਦਾ ਹੈ ਡੰਡੀ ਪੰਜਾਬ ਰਾਜ ਨੇ ਵੀ ਡੂੰਗੀ ਸੋਚ ਵਿਚਾਰ ਅਤੇ ਚੌਕਸੀ ਵਰਤਦਿਆਂ ਹੋਇਆਂ ਇਸ ਵਿਭਾਗ ਨੂੰ ਕਾਇਮ ਕੀਤਾ ਹੈ ਡੰਡੀ ਇਸ ਵਿਭਾਗ ਨੇ ਸੀਮਾ ਸੁਰੱਖਿਆ ਦਲ ਨਾਲ ਨਿਕਟੀ ਸੰਪਰਕ ਅਤੇ ਸਹਿਯੋਗ ਕਾਇਮ ਰੱਖਿਆ ਹੋਇਆ ਹੈ ਅਤੇ ਨਾਲ ਹੀ ਸਰਹੱਦੀ ਲੋਕਾਂ ਵਿੱਚ ਸਵੈ ਬਚਾਓ ਦੀ ਭਾਵਨਾ ਜਾਗਰਤ ਕਰਨ ਵਾਸਤੇ ਉਨ੍ਹਾਂ ਨੂੰ ਅਗਨ ਸ਼ਸਤਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ ਹੈ ਡੰਡੀ ਪਾਕਿਸਤਾਨ ਨਾਲ ਪਿਛਲੀਆਂ ਦੋਹਾਂ ਜੰਗਾਂ ਦੌਰਾਨ ਜੋ 1965 ਅਤੇ 1971 ਵਿੱਚ ਲੜੀਆਂ ਗਈਆਂ ਹੋਮ ਗਾਰਡ ਅਤੇ ਸਿਵਲ ਡਿਫੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਵਾਯੂ ਸੈਨਾ, ਸੀਮਾ ਸੁਰੱਖਿਆ ਦਲ ਅਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ਾਨਦਾਰ ਕੰਮ ਕੀਤਾ। ਡੰਡੀ ਲੜਾਈ ਦੇ ਦੌਰਾਨ ਇਹ ਵਿਭਾਗ ਸਰਹੱਦੀ ਜ਼ਿਲ੍ਹਿਆਂ ਵਿੱਚ ਗ੍ਰਾਮ ਸੁਰੱਖਿਆ ਯੋਜਨਾਵਾਂ ਸੰਬੰਧੀ ਪੁਲਿਸ ਦੀ ਮਦਦ ਕਰਦਾ ਹੈ ਗਸ਼ਤ ਲਾਉਂਦਾ ਹੈ ਅਤੇ ਲੋੜ ਪੈਣ ਤੇ ਨਾਕਾਬੰਦੀ ਕਰਦਾ ਹੈ ਡੰਡੀ ਗੜਬੜ ਅਤੇ ਗੰਭੀਰ ਅਪਰਾਧਾਂ ਨੂੰ ਦਬਾਉਣ ਦਾ ਕੰਮ ਵੀ ਇਸ ਦੇ जिम्मे ਹੁੰਦਾ ਹੈ ਡੰਡੀ ਨਗਰਾਂ ਅਤੇ ਪਿੰਡਾਂ ਵਿੱਚ ਪੀੜਤ ਲੋਕਾਂ ਨੂੰ ਜੋ ਸੰਕਟਕਾਲੀ ਸਹਾਇਤਾ ਦਿੱਤੀ ਜਾਂਦੀ ਹੈ ਉਸ ਬਾਰੇ ਵੀ ਇਹ ਵਿਭਾਗ ਕਈ ਥਾਵਾਂ ਤੋਂ ਸਹਾਇਤਾ ਸੰਗਠਨ ਕੇਂਦਰਾਂ ਦੇ ਰੂਪ ਵਿੱਚ ਕੰਮ ਕਰਦਾ ਹੈ ਡੰਡੀ ਅਗਲਾ ਪੈਰਾ ਜਿੱਥੋਂ ਤੱਕ ਹੋ ਸਕੇ ਆਮ ਜੀਵਨ ਵਿੱਚ ਵਿਗਨ ਨਾ ਪਵੇ ਅਤੇ ਨਗਰਾਂ ਵਿੱਚ ਆਮ ਸੇਵਾਵਾਂ ਕਾਇਮ ਰੱਖੀਆਂ ਜਾਣ ਇਹ ਇਸ ਵਿਭਾਗ ਦਾ ਹੀ ਫਰਜ਼ ਹੈ ਡੰਡੀ ਗੰਭੀਰ ਖਤਰੇ ਸਮੇ ਕਸਬਿਆਂ ਨੂੰ ਖਾਲੀ ਕਰਾਉਣ ਸੰਬੰਧੀ ਇਸ ਵਿਭਾਗ ਨੂੰ ਪਬਲਿਕ ਪ੍ਰਤੀ ਹਰ ਸੰਭਵ ਸੇਵਾ ਦੇਣ ਦੀ ਹਦਾਇਤ ਹੁੰਦੀ ਹੈ ਡੰਡੀ ਲੜਾਈ ਦੇ ਦਿਨਾਂ ਵਿੱਚ ਫੌਜ ਦੀ ਆਵਾਜਾਈ ਅਤੇ ਸੜਕਾਂ ਅਤੇ ਪੁਲਾਂ ਨੂੰ ਸਾਫ ਰੱਖਣਾ ਰੇਲਵੇ ਲਾਈਨਾਂ ਵੱਡੀਆਂ-ਵੱਡੀਆਂ ਸੰਚਾਰ ਲਾਈਨਾਂ ਦੀ ਰਾਖੀ ਕਰਨੀ ਅਤੇ ਖਾਲੀ ਕੀਤੇ ਗਏ ਪਿੰਡਾਂ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸੰਪਤੀ ਦੀ ਰੱਖਿਆ ਕਰਨੀ ਵਿਭਾਗ ਦੀਆਂ ਉੱਗੀਆਂ ਡਿਊਟੀਆਂ ਵਿੱਚ ਸ਼ਾਮਿਲ ਹੈ ਡੰਡੀ ਫੌਜੀ ਛਾਉਣੀਆਂ ਹਵਾਈ ਅੱਡੇ ਅਤੇ ਰਡਾਰ ਪ੍ਰਣਾਲੀ ਆਦਿ ਮਹੱਤਵਪੂਰਨ ਸਥਾਨਾਂ ਦੀ ਰਾਖੀ ਨੀ ਬਲੈਕਆਊਟ ਅਤੇ ਕਰਫਿਊ ਦੇ ਹੁਕਮਾਂ ਨੂੰ ਸ਼ਕਤੀ ਨਾਲ ਲਾਗੂ ਕਰਾਉਣਾ ਅਤੇ ਸਥਾਨਕ ਫੌਜੀ ਅਧਿਕਾਰੀਆਂ ਨਾਲ ਸੰਪਰਕ ਰੱਖਣਾ ਵਿਭਾਗ ਲਈ অতি ਜ਼ਰੂਰੀ ਹੈ ਡੰਡੀ ਜੰਗ ਸਮੇ ਬੰਬਾਂ ਨਾਲ ਤਬਾਹ ਕੀਤੇ ਗਏ ਪਿੰਡਾਂ ਵਿੱਚੋਂ ਮ੍ਰਿਤਕਾਂ ਦੀਆਂ ਲਾਸ਼ਾਂ ਹਟਾਉਣ ਅਤੇ ਫੌਜੀ ਯੂਨਿਟਾਂ ਦੀ ਸਹਾਇਕ ਦਾ ਗਾਈਡ ਦੇ ਤੌਰ ਤੇ ਕੰਮ ਕਰਨ ਸੰਬੰਧੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਡੰਡੀ ਹੋਮ ਗਾਰਡ ਅਤੇ ਸਿਵਲ ਡਿਫੈਂਸ ਦਾ ਮੈਕਮਾ ਆਮ ਕਰਕੇ ਕਿਸੇ ਤਜਰਬੇਕਾਰ ਲੈਫਟੀਨੈਂਟ ਕਰਨਲ ਜਾਂ ਬ੍ਰਿਗੇਡੀਅਰ ਦੀ ਪੂਰਨ ਨਿਗਰਾਨੀ ਹੇਠ ਕੰਮ ਕਰਦਾ ਹੈ ਡੰਡੀ ਅਮਨ ਦੇ ਦਿਨਾਂ ਵਿੱਚ ਵੀ ਇਹ ਵਿਭਾਗ ਸਿਵਲ ਅਧਿਕਾਰੀਆਂ ਅਤੇ ਜਨਤਾ ਨੂੰ ਆਤਮ ਸੁਰੱਖਿਆ ਸੰਬੰਧੀ ਲੋੜਿੰਦੀ ਟ੍ਰੇਨਿੰਗ ਦਿੰਦਾ ਰਹਿੰਦਾ ਹੈ ਡੰਡੀ ਮਿਸਾਲ ਵਜੋਂ ਪੰਜਾਬ ਹੋਮ ਗਾਰਡ ਦੀ ਅਗਵਾਈ ਅਧੀਨ ਸਿਵਿਲਿਅਨ ਸਿਖਲਾਈ ਸਕੀਮਾਂ ਜਾਰੀ ਹਨ ਡੰਡੀ ਇਸ ਤੋਂ ਇਲਾਵਾ 35000 ਤੋਂ ਵਧੇਕ ਸਰਹੱਦੀ ਨੌਜਵਾਨਾਂ ਨੂੰ ਅਗਨ ਸ਼ਸਤਰਾਂ ਦੀ ਵਰਤੋਂ ਸੰਬੰਧੀ ਸਿੱਖਿਆ ਦਿੱਤੀ ਜਾ ਚੁੱਕੀ ਹੈ ਡੰਡੀ ਸਟਾਪ